ਤਾਂ ਇਸ ਵਾਲੇ ਦੀ ਵੇਖਦੀ ਮਨਪਾਕੀ ਖਬਰ ਸਾਹਮਣੇ ਆ ਰਹੀ ਹੈ ਪੌਂਗ ਡੈਮ ਤੋਂ ਪਾਣੀ ਛੱਡੇ ਜਾਣ ਤੋਂ ਬਾਅਦ ਬਿਆਸ ਦਰਿਆ ਦਾ ਜਿਹੜਾ ਇੱਕ ਬਹੁਤ ਵੱਡਾ ਬੰਨ ਹੈ ਟੁੱਟ ਚੁੱਕਿਆ ਹੈ ਪਿੰਡਾਂ ਤੇ ਪਿੰਡ ਤਬਾਹ ਹੋ ਗਏ ਨੇ ਪਿੰਡਾਂ ਦੇ ਵਿੱਚ ਪਾਣੀ ਭਰ ਚੁੱਕਿਆ ਹੈ ਲੋਕ ਆਪਣੇ ਘਰਾਂ ਨੂੰ ਛੱਡਣ ਵਾਸਤੇ ਪੂਰੀ ਤਰ੍ਹਾਂ ਮਜਬੂਰ ਹੋ ਚੁੱਕੇ ਨੇ ਦੱਸਦੇ ਤੁਹਾਨੂੰ ਕਿ ਗੁਰਦਾਸਪੁਰ ਦੇ ਦਿਨੇ ਨਗਰ ਦੇ ਪਿੰਡ ਜਗਤਪੁਰ ਟਾਂਡਾ ਨੇੜੇ ਤੁਸੀਂ ਡੈਮ ਹਿਮਾਚਲ ਦਵਰ ਚ ਕੋਈ ਭਾਰੀ ਬਾਰਿਸ਼ ਕਾਰਨ ਮੰਗਲਵਾਰ ਨੂੰ ਪੌਂਗ ਡੈਮ ਤੋਂ 1.40 ਲੱਖ ਕਿਊਸਿਕ ਪਾਣੀ ਜਿਹੜਾ ਛੱਡਿਆ ਗਿਆ ਪਾਣੀ ਛੱਡਣ ਤੋਂ ਬਾਅਦ ਬਿਆਸ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਵਧਣ ਕਰਕੇ ਇਹ ਬੰਨ ਜਿਹੜਾ ਟੁੱਟ ਚੁੱਕਿਆ ਜਿਸ ਕਾਰਨ ਆਸ-ਪਾਸ ਦੇ ਸਾਰੇ ਹੀ ਨਿਵੀ ਇਲਾਕੇ ਜਿਹੜੇ ਨੇ ਬੁਰੇ ਤਰੀਕੇ ਦੇ ਨਾਲ ਹੜਾਂ ਦੀ ਮਾਰ ਦੇ ਹੇਠ ਆ ਗਏ ਨੇ ਜਦ ਕਿ ਪਿੰਡ ਜਗਤਪੁਰਾ ਟਾਂਡਾ ਭੈਣੀ ਪਸਵਾਲ ਚੇਚੀਆਂ ਛੱਡੀਆਂ ਪੱਖੋਵਾਲ ਦਾਊਵਾਲ ਖੈਰਾ ਦਲੇਰਪੁਰ ਪਡਾਣਾ ਚੀਨਾ ਬੇਟ ਨਡਾਲਾ ਪਿੰਡ ਹਰਾਂ ਹੜਾਂ ਦੀ ਮਾਰ ਹੇਠ ਬੁਰੇ ਤਰੀਕੇ ਦੇ ਨਾਲ ਆ ਚੁੱਕਿਆ ਦੱਸੇ ਤੁਹਾਨੂੰ ਕਿ ਪੁਰਾਣੇ ਸਕੂਲ ਦੇ ਬਿਜਲੀ ਘਰ ਅਤੇ ਥਾਣੇ ਦੇ ਅੰਦਰਲੇ ਹਿੱਸੇ ਦੇ ਜੋ ਵੀ ਪਾਣੀ ਭਰਿਆ ਹੋਇਆ ਐਨਡੀਆਰਐਫ ਦੀਆਂ ਟੀਮਾਂ ਜਿਹੜੀਆਂ ਨੇ ਲਗਾਤਾਰ ਮੌਕੇ ਦੇ ਉੱਤੇ ਪਹੁੰਚੀਆਂ ਹੋਈਆਂ ਨੇ ਇਸ ਤੋਂ ਇਲਾਵਾ ਫੌਜ ਅਤੇ ਬੀਐਸਐਫ ਵੀ ਜਿਹੜੀ ਹੈ ਲਗਾਤਾਰ ਮਦਦ ਕਰ ਰਹੀ ਹੈ ਪਾਣੀ ਦੇ ਵਿੱਚੋਂ ਲੋਕਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉੱਥੇ ਹੀ ਗੁਰਦਾਸਪੁਰ ਮੁਕੇਰੀਆ ਰੋਡ ਨੂੰ ਆਵਾਜਾਈ ਵਾਸਤੇ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਜ਼ਿਲ੍ਹਾ ਪ੍ਰਸ਼ਾਸਨ ਨੇ ਇਹਨਾਂ ਪਿੰਡਾਂ ਦੇ ਵਸਨੀਕਾਂ ਨੂੰ ਤੁਰੰਤ ਹੀ ਸੁਰੱਖਿਅਤ ਅਤੇ ਉੱਚੀਆਂ ਥਾਵਾਂ ਦੇ ਉੱਤੇ ਲਿਜਾਣ ਵਾਸਤੇ ਕਿਹਾ ਲਗਾਤਾਰ ਲੋਕਾਂ ਨੂੰ ਉੱਥੋਂ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਕਿਸੇ ਵੀ ਪ੍ਰਕਾਰ ਦਾ ਕੋਈ ਜਾਨੀ ਨੁਕਸਾਨ ਖੋਸ ਕੇ ਦਾਜ਼ੇ ਤਹਾਨੂੰ ਕਿ ਸਕੂਲਾਂ ਦੇ ਵਿੱਚ ਰਾਹਤ ਕੈਂਪ ਵੀ ਲਗਾਤਾਰ ਲਗਾਏ ਗਏ ਨੇ ਉਦੇਸ਼ ਦਿੱਤੇ ਗਏ ਨੇ ਜਿਸ ਤੋਂ ਬਾਅਦ ਸਕੂਲਾਂ ਦੇ ਵਿੱਚ ਰਾਹਤ ਕੈਂਪ ਲਗਾਏ ਗਏ ਨੇ ਲੋਕਾਂ ਨੂੰ ਬਾਹਰ ਕੱਢਿਆ ਜਾ ਰਿਹਾ ਪੋਂਗ ਡੈਮ ਤੋਂ ਪਾਣੀ ਤੇ ਨਾਲ ਕੀ ਨਾਲ ਪੋਂਗ ਡੈਮ ਤੋਂ ਛੱਡੇ ਜਾਣ ਵਾਲੇ ਪਾਣੀ ਦੀ ਮਾਤਰਾ ਨੂੰ ਵੀ ਘਟਾ ਦਿੱਤਾ ਗਿਆ ਜਿਸ ਕਰਕੇ ਬਿਆਸ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਠੇਹਾ ਆ ਸਕਦਾ ਹੈ ਪੁਰਾਣਾ ਸ਼ਾਲਾ ਸਕੂਲ ਦੇ ਵਿੱਚ ਵੀ ਰਾਹਤ ਕੈਂਪ ਲਗਾਇਆ ਗਿਆ ਸਕੂਲਾਂ ਦੇ ਵਿੱਚ ਰਾਹਤ ਕੈਂਪ ਲਗਾਏ ਗਏ ਨੇ ਲੋਕ ਸਕੂਲਾਂ ਦੇ ਵਿੱਚ ਰਾਤਾਂ ਕੱਟਣ ਵਾਸਤੇ ਮਜਬੂਰ ਹੋ ਗਏ ਨੇ ਲੋਕ ਆਪਣੇ ਹੀ ਘਰਾਂ ਨੂੰ ਛੱਡ ਕੇ ਬੇਕਾਰ ਹੋ ਚੁੱਕੇ ਨੇ ਤਾਂ ਲਗਾਤਾਰ ਜਿਹੜਾ ਪਾਣੀ ਹੈ ਛੱਡਿਆ ਜਾ ਰਿਹਾ ਜਿਸ ਤੋਂ ਬਾਅਦ ਸਥਿਤੀਆਂ ਜਿਹੜੀਆਂ ਨੇ ਲਗਾਤਾਰ ਵਿਗੜਦੀਆਂ ਖੂਹਾਂ ਦਿਖਾਈ ਦੇ ਰਹੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਦੇਖ ਸਕਦੇ ਹੋ ਕਿੰਨੀਆਂ ਖੌਫਨਾਕੇ ਤਸਵੀਰਾਂ ਨੇ ਜਿੱਥੇ ਕਿ ਹੜਾਂ ਦੀ ਮਾਰ ਖੇਠ ਪੂਰਾ ਪਿੰਡ ਆ ਚੁੱਕਿਆ ਪੂਰਾ ਇਲਾਕਾ ਜੋ ਹੈ ਹੜਾਂ ਦੀ ਮਾਰ ਖੇਠ ਆ ਚੁੱਕਿਆ ਦੱਸਿਏ ਤੁਹਾਨੂੰ ਕਿ ਸਥਿਤੀ ਜਿਹੜੀ ਹੈ ਲਗਾਤਾਰ ਬੇਕਾਬੂ ਹੁੰਦੀ ਨਜ਼ਰ ਆ ਰਹੀ ਹੈ ਹਾਲਾਂਕਿ ਕਾਬੂ ਪਾਉਣ ਦੀ ਕੋਸ਼ਿਸ਼ ਜ਼ਰੂਰ ਕੀਤੀ ਜਾ ਰਹੀ ਹੈ ਪਰ ਤਸਵੀਰਾਂ ਤੁਸੀਂ ਦੇਖੋ ਕਿ ਲੋਕਾਂ ਦੇ ਕੋਠਿਆਂ ਤੱਕ ਵੀ ਪਾਣੀ ਜਿਹੜਾ ਆ ਚੁੱਕਿਆ ਸੜਕਾਂ ਪੂਰੀ ਤਰ੍ਹਾਂ ਜਲਮਗਨ ਹੋਈਆਂ ਪਈਆਂ ਨੇ ਲੋਕਾਂ ਦੇ ਘਰ ਡੁੱਬੇ ਪਏ ਨੇ ਖਾਣ ਵਾਸਤੇ ਕੁਝ ਨਹੀਂ ਹੈ ਲੋਕਾਂ ਦੇ ਸਿਰ ਟੱਕਣ ਵਾਸਤੇ ਕੁਝ ਨਹੀਂ ਹੈ ਸਿਰਾਂ ਦੇ ਉੱਤੇ ਇੱਕ ਛੱਤ ਤੱਕ ਵੀ ਜਿਹੜੀ ਹੈ ਨਹੀਂ ਰਹਿ ਚੁੱਕੀ ਕਿਉਂਕਿ ਹੜ੍ਹਾਂ ਦੀ ਮਾਰ ਜਿਹੜੀ ਆ ਬਹੁਤ ਬੁਰੀ ਹੁੰਦੀ ਹੈ ਜਿਸ ਤਰੀਕੇ ਨਾਲ ਤੁਸੀਂ ਤਸਵੀਰਾਂ ਦੇਖ ਰਹੇ ਹੋ ਬਹੁਤ ਮੰਦ ਭਾਗੀਏ ਤਸਵੀਰਾਂ ਸਾਹਮਣੇ ਆ ਰਹੀਆਂ ਹਰ ਕੋਈ ਅਰਦਾਸ ਕਰ ਰਿਹਾ ਕਿ ਜਲਦ ਹੀ ਹੜ੍ਹਾਂ ਦਾ ਖਤਰਾ ਘਟ ਜਾਵੇ ਪਰ ਇਹ ਖਤਰਾ ਜਿਹੜਾ ਆਈ ਕੀ ਦਿਨ ਲਗਾਤਾਰ ਵਧਦਾ ਜਾ ਰਿਹਾ ਹੈ ਖਤਰਾ ਘਟਣ ਦੀ ਬਜਾਏ ਲਗਾਤਾਰ ਵਧ ਰਿਹਾ ਤੇ ਹੁਣ ਇਹ ਤਸਵੀਰਾਂ ਤੁਹਾਡਾ ਸਾਂਝੀਆਂ ਕਰ ਰਹੇ ਹਾਂ ਪੌਂਗ ਡੈਮ ਤੋਂ ਜਿਹੜਾ ਪਾਣੀ ਛੱਡਿਆ ਗਿਆ ਸੀ ਉਸ ਤੋਂ ਬਾਅਦ ਬਿਆਸ ਦਰਿਆ ਤੇ ਆ ਕੇ ਖਤਰਾ ਜਿਹੜਾ ਲਗਾਤਾਰ ਵੱਧ ਜਾਂਦਾ ਕਿਉਂਕਿ ਬਿਆਸ ਦਰਿਆ ਦਾ ਇੱਕ ਬਹੁਤ ਵੱਡਾ ਬੰਨ ਜੁਆ ਟੁੱਟ ਚੁੱਕਿਆ ਤਸਵੀਰਾਂ ਦੇਖੋ ਐਨ ਦੀ ਆਰਐਫ ਦੇ ਵੱਲੋਂ ਲਗਾਤਾਰ ਜਿਹੜਾ ਸਥਿਤੀ ਦੇ ਉੱਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਸਥਿਤੀ ਜਿਹੜੀ ਹੈ ਲਗਾਤਾਰ ਹੱਥੋਂ ਨਿਕਲਦੀ ਹੋਈ ਦਿਖਾਈ ਦੇ ਰਹੀ ਹੈ ਲਗਾਤਾਰ ਜਿਹੜੀਆਂ ਵੀ ਤਸਵੀਰਾਂ ਸਾਹਮਣੇ ਆ ਰਹੀਆਂ ਸੀ ਤੁਹਾਡੇ ਨਾਲ ਸਾਂਝੀਆਂ ਕਰਦੇ ਰਵਾਂਗੇ ਫਲਹਾਲ ਦੇ ਲਈ ਅਤੇ ਪੰਜਾਬ ਦੇ ਨਾਲ ਜੁੜੇ ਰਹੋ